ਸਵਾਗਤ ਹੈ ਤੁਹਾਡਾ। ਮੈਂ ਤੁਹਾਡੇ ਨਾਲ ਇੰਦਰਜੀਤ ਕੌਰ, BBC ਨਿਊਜ਼ ਪੰਜਾਬੀ ਦੇ ਫੇਸਬੁੱਕ ਪੇਜ ਤੋਂ। ਅਸੀਂ ਅੱਜ ਲਾਈਵ ਹਾਂ ਅਤੇ ਮੈਂ ਤਾਂ ਬਈ ਇੱਥੇ ਗਰਮੀ ਬਹੁਤ ਹੈ ਦਿੱਲੀ ਦੇ ਵਿੱਚ ਅਤੇ ਚੱਲ ਚੱਲ ਕੇ ਥੱਕ ਵੀ ਗਈ ਹਾਂ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਇੰਨੀ ਤਪਦੀ ਗਰਮੀ ਦੇ ਵਿੱਚ ਵੀ ਇੱਕ ਉਹਨਾਂ ਨੇ ਫਿਟਨੈਸ ਚੈਲੰਜ ਲਿਆ ਅਤੇ ਉਹਨਾਂ ਨੇ ਵੀਡੀਓ ਵੀ ਅਪਲੋਡ ਕੀਤਾ, ਤਾਂ ਇਸ ਫਿਟਨੈਸ ਚੈਲੰਜ ਨੂੰ ਸਾਡੇ ਮੇਰੇ ਸਹਿਯੋਗੀ ਜੋ ਪੱਤਰਕਾਰ ਨੇ ਉਹ ਕਿੰਨਾ ਕੁ ਇਸ ਨਾਲ ਰਾਬਤਾ ਰੱਖਦੇ ਨੇ ਅਤੇ ਕਿੰਨੇ ਕੁ ਫਿੱਟ ਰਹਿੰਦੇ ਨੇ ਇਹ ਵੀ ਅਸੀਂ ਜਾਣਾਂਗੇ। ਅਤੇ ਤੁਸੀਂ ਆਪਣਾ ਸੁਝਾਅ ਵੀ ਸਾਨੂੰ ਜ਼ਰੂਰ ਦੇ ਸਕਦੇ ਹੋ ਕਿ ਤੁਸੀਂ ਕਿਸ ਤਰ੍ਹਾਂ ਫਿੱਟ ਰਹਿੰਦੇ ਹੋ, ਕਿਉਂਕਿ ਇੱਕ ਦੇਸ਼ ਦੇ ਵਿੱਚ ਜਿਹੜੀ ਹੈ ਇਹ ਮੁਹਿੰਮ ਚੱਲ ਰਹੀ ਹੈ ਵੀ ਫਿੱਟ ਰਹਿਣਾ ਸਭ ਨੇ, ਤਾਂ ਸਭ ਲੋਕ ਕਿੱਦਾਂ ਫਿੱਟ ਰਹਿੰਦੇ ਨੇ ਸਭ ਦੇ ਨਾਲ। ਸਭ ਤੋਂ ਪਹਿਲਾਂ ਮੇਰੇ ਨਾਲ ਮੇਰੇ ਸਹਿਯੋਗੀ ਵਿਕਾਸ ਨੇ। ਵਿਕਾਸ, ਤਾਂ ਆਪਣੀ ਫਿਟਨੈਸ ਦਾ ਰਾਜ ਦੱਸੋ ਬਈ, ਤੁਸੀਂ ਸਭ ਤੋਂ ਜ਼ਿਆਦਾ ਇੱਥੇ ਫਿੱਟ ਰਹਿੰਦੇ ਹੋ। ਮੈਂ ਇੱਕ ਤਾਂ ਮਤਲਬ ਮੇਰੀ ਸਿਹਤ ਐਸੀ ਹੈ ਕਿ ਮੈਂ ਆਲਰੇਡੀ ਫਿੱਟ ਹੀ ਲੱਗਦਾ ਹੋਊਂਗਾ, ਪਰ ਉਸਕੇ ਇਲਾਵਾ ਵੀ ਫਿੱਟ ਹੋਣੇ ਕੇ ਲਈ, ਅਗਰ ਫਿੱਟ ਰਹਿਣੇ ਕੇ ਲਈ ਸੋਤਾ ਹੂੰ ਔਰ ਦੇਰ ਤੱਕ ਸੋਤਾ ਹੂੰ ਔਰ ਜਬ ਮੌਕਾ ਲੱਗਤਾ ਜੈਸੀ ਮੌਕਾ ਲੱਗਤਾ ਜਹਾਂ ਲੱਗਤਾ ਮੈਂ ਡਾਂਸ ਕਰ ਲੇਤਾ ਹੂੰ, ਤੋ ਇਸ ਤਰ੍ਹਾਂ ਰਹਿਤਾ ਹੂੰ ਫਿੱਟ। ਤੁਸੀਂ ਕਹਿ ਰਹੇ ਹੋ ਕਿ ਬਹੁਤ ਸੌਂਦੇ ਹੋ, ਤਾਂ ਸੌਣ ਦਾ ਕੀ ਕਨੈਕਸ਼ਨ ਹੈ ਬਈ ਫਿਟਨੈਸ ਨਾਲ? ਅਰੇ ਮੇਰੇ ਕੋ ਜਿਸ ਮੇ ਰਿਲੈਕਸ ਮਿਲੇਗਾ ਉਸੇ ਹਿਸਾਬ ਸੇ ਤਾਂ ਫਿੱਟ ਰਹੂੰਗਾ, ਅਗਰ ਮੈਂ ਸੋ ਰਹਾ ਹੂੰ ਟਾਈਮਲੀ ਸੋ ਰਹਾ ਮੇਰੇ ਕੋ ਰਿਲੈਕਸ ਮਿਲ ਰਿਹਾ, ਤਾਂ ਮੈਂ ਉਸ ਤਰ੍ਹਾਂ ਸੇ ਫਿੱਟ ਰਹਤਾ ਹੂੰ ਔਰ ਜਹਾਂ ਮੌਕਾ ਲੱਗਤਾ ਹੈ ਡਾਂਸ ਕਰ ਲੇਤਾ ਹੂੰ ਔਰ ਬਸ ਇਹੀ ਸਭ ਹੈ। ਫੇਸਬੁੱਕ ਕਰ ਰਹਾ ਹੂੰ ਤਾਂ ਮੈਂ ਵੈਸੇ ਵੀ ਫਿੱਟ ਰਹਿ ਰਹਾ ਹੂੰ, ਮਤਲਬ ਆਪਕੋ ਮੈਂਟਲੀ ਰਿਲੈਕਸ ਮਿਲ ਰਿਹਾ ਤਾਂ ਫਿਟਨੈਸ ਹੀ ਤੋ ਹੈ ਇੱਕ ਤਰ੍ਹਾਂ ਸੇ। ਹਾਂ, ਯਾਨੀ ਕਿ ਦਰਸ਼ਕਾਂ ਦੇ ਲਈ ਇੱਕ ਟਿਪ ਤਾਂ ਜ਼ਰੂਰ ਹੋ ਗਿਆ ਕਿ ਬਈ ਸੋਣਾ ਵੀ ਜ਼ਰੂਰ ਜ਼ਰੂਰੀ ਹੈ ਕਸਰਤ ਦੇ ਨਾਲ ਨਾਲ। ਤਾਂ ਵਿਕਾਸ, ਸੋਣ ਤੋਂ ਇਲਾਵਾ ਤੁਸੀਂ ਡਾਂਸ ਕਰਦੇ ਹੋ, ਨੱਚਦੇ ਗਾਉਂਦੇ ਹੋ, ਤਾਂ ਕਿਸ ਤਰ੍ਹਾਂ ਦਾ ਡਾਂਸ ਜੋ ਹੈ ਹੈਲਪ ਕਰਦਾ ਹੈ? ਅਰੇ ਕੋਈ ਸੀ ਵੀ ਨਾਗਿਨ ਮਿਲ ਜਾਏ ਨਾਗਿਨ ਵੀ ਨਾਚ ਲੇਂਗੇ, ਭੰਗੜਾ ਮਿਲ ਜਾਏ ਭੰਗੜਾ ਵੀ ਨਾਚ ਲੇਂਗੇ। ਵਿਕਾਸ, ਦਰਸ਼ਕਾਂ ਦੇ ਲਈ ਕੁਝ ਪੇਸ਼ ਕਰਨਾ ਚਾਹੋਗੇ? ਕਿਉਂਕਿ ਇਸਕੋ ਪੰਜਾਬੀ ਸਰਵਿਸ ਕੇ ਲੋਕ ਦੇਖ ਰਹੇ ਔਰ ਮੈਂ ਦਿੱਲੀ ਕਾ ਹੂੰ, ਅਗਰ ਮੈਂ ਭੰਗੜਾ ਕਰੂੰਗਾ ਤਾਂ ਬੇਇੱਜ਼ਤੀ ਹੋ ਜਾਏਗੀ ਦਿੱਲੀ ਵਾਲੋ ਕੀ, ਤਾਂ ਮੈਂ ਨਹੀਂ ਕਰੂੰਗਾ। ਇਹ ਅੱਛਾ ਰਹੇਗਾ ਕਿ ਕੋਈ ਪੰਜਾਬੀ ਕਰੇ ਤਾਂ ਉਹ ਜ਼ਿਆਦਾ ਮਜ਼ਾ ਆਏਗਾ ਉਸਮੇ। ਥੈਂਕ ਯੂ ਵਿਕਾਸ, ਤੁਸੀਂ ਕਾਫੀ ਟਿਪਸ ਦੇ ਦਿੱਤੇ ਸਾਡੇ ਦਰਸ਼ਕਾਂ ਨੂੰ। ਤਾਂ ਇਸ ਵਿਚਾਲੇ ਹੋਰ ਵੀ ਮੇਰੇ ਕਈ ਸਹਿਯੋਗੀ ਨੇ ਜਿਹੜੇ ਇੱਥੇ ਮੌਜੂਦ ਹੈ ਅਤੇ ਉਹਨਾਂ ਤੋਂ ਵੀ ਅਸੀਂ ਜਾਣਨਾ ਚਾਹਾਂਗੇ, ਪਰ ਨਾਲ ਨਾਲ ਤੁਸੀਂ ਜ਼ਰੂਰ ਜੋ ਹੈ BBC ਨਿਊਜ਼ ਪੰਜਾਬੀ ਦਾ ਫੇਸਬੁੱਕ ਪੇਜ ਲਾਈਕ ਵੀ ਕਰੋ ਅਤੇ ਸਾਡਾ ਯੂਟਿਊਬ ਚੈਨਲ ਹੈ ਉਸਨੂੰ ਵੀ ਸਬਸਕ੍ਰਾਈਬ ਕਰੋ, ਟਵਿੱਟਰ 'ਤੇ ਵੀ ਜਾ ਕੇ ਤੁਸੀਂ ਲਾਈਕ ਕਰਨਾ। ਸਾਡੇ ਨਾਲ ਕਈ ਹੋਰ ਸਹਿਯੋਗੀ ਹੈ ਜਿਹੜੇ ਜੁੜਦੇ ਜਾ ਰਹੇ ਨੇ, ਉਹਨਾਂ ਦੇ ਕੋਲ ਵੀ ਅਸੀਂ ਜਾਵਾਂਗੇ, ਪਰ ਇਸ ਦੇ ਨਾਲ ਮੈਂ ਚਾਹੂੰਗੀ ਕਿ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਜ਼ਰੂਰ ਕਰਦੇ ਰਹੋ ਨਾਲ ਨਾਲ ਕਿ ਤੁਸੀਂ ਕਿਸ ਤਰ੍ਹਾਂ ਫਿੱਟ ਰਹਿੰਦੇ ਹੋ ਅਤੇ ਕਿਸ ਤਰ੍ਹਾਂ ਦੀ ਕਸਰਤ ਕਰਦੇ ਹੋ, ਜਾਂ ਫਿਰ ਤੁਹਾਡੇ ਖਾਣ ਪੀਣ ਦੇ ਵਿੱਚ ਕਿਸ ਤਰ੍ਹਾਂ ਦਾ ਬਦਲਾਅ ਹੈ ਜਿਸ ਦੇ ਕਰਕੇ ਤੁਸੀਂ ਜੋ ਹੈ ਅੱਜ ਕੱਲ੍ਹ ਫਿੱਟ ਰਹਿੰਦੇ ਹੋ। ਤਾਂ ਮੇਰੀ ਸਹਿਯੋਗੀ ਇੱਥੇ ਜੋ ਹੈ ਗੁਰਪ੍ਰੀਤ ਇਸ ਵੇਲੇ ਮੇਰੇ ਨਾਲ ਮੌਜੂਦ ਹੈ। ਤਾਂ ਹੈਲੋ ਗੁਰਪ੍ਰੀਤ, ਤੁਸੀਂ ਕੁੜੀਆਂ ਨੂੰ ਕੋਈ ਟਿਪਸ ਦੇਣਾ ਚਾਹੋਗੇ ਕਿੱਦਾਂ ਫਿੱਟ ਰਹਿੰਦੇ ਹੋ, ਜਾਂ ਫਿਰ ਤੁਹਾਨੂੰ ਕਿੰਨਾ ਕੁ ਟਾਈਮ ਮਿਲਦਾ? ਦੇਖੋ, ਤੁਸੀਂ ਫਿੱਟ ਰਹਿਣ ਦੀ ਗੱਲ ਕਰ ਰਹੇ ਹੋ, ਲੇਕਿਨ ਪਿਛਲੇ ਕੁਛ ਮਹੀਨਿਆਂ ਤੋਂ ਮੇਰਾ ਵਜ਼ਨ ਬਹੁਤ ਵੱਧ ਗਿਆ, ਤਾਂ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਰੋਜ਼ ਸੋਚਦੀ ਹਾਂ ਵੀ ਮੈਂ ਕੱਲ੍ਹ ਤੋਂ ਐਕਸਰਸਾਈਜ਼ ਸ਼ੁਰੂ ਕਰੂੰਗੀ, ਕੱਲ੍ਹ ਤੋਂ ਕਰੂੰਗੀ, ਲੇਕਿਨ ਮੈਂ ਕਰ ਹੀ ਨਹੀਂ ਪਾਉਂਦੀ। ਆਲਸ ਕਹਿ ਲਓ ਜਾਂ ਤੁਸੀਂ ਕੁਛ ਵੀ ਕਹਿ ਲਓ, ਲੇਕਿਨ ਪ੍ਰਧਾਨ ਮੰਤਰੀ ਦਾ ਵੀਡੀਓ ਦੇਖ ਕੇ ਮੈਨੂੰ ਲੱਗਦਾ ਮੈਨੂੰ ਵੀ ਮੋਟੀਵੇਟ ਹੋ ਜਾਣਾ ਚਾਹੀਦਾ ਹੈ। ਪਰ ਮੈਂ ਇੱਕ ਕੋਸ਼ਿਸ਼ ਕਰਦੀ ਹਾਂ ਕਿ ਮੈਂ ਬਾਹਰ ਦਾ ਜੋ ਫਾਲਤੂ ਦਾ ਖਾਣਾ ਹੈ, ਜੋ ਜੰਕ ਫੂਡ ਹੈ ਦੂਸਰਾ, ਉਹ ਅਵੋਇਡ ਕਰਾਂ। ਤਾਂ ਅਜੇ ਤਾਂ ਮੈਂ ਇਹੀ ਕੁਛ ਕਰ ਰਹੀ ਹਾਂ ਆਪਣੇ ਆਪ ਨੂੰ। ਯਾਨੀ ਕਿ ਜੰਕ ਫੂਡ ਅਵੋਇਡ ਕਰਨਾ ਹੈ, ਜੰਕ ਅਵੋਇਡ ਕਰਦੇ ਹੋ ਤਾਂ ਖਾਂਦੇ ਕਿਉਂ? ਮੈਂ ਕੋਸ਼ਿਸ਼ ਕਰਦੀ ਹਾਂ ਵੀ ਘਰ ਦਾ ਖਾਣਾ ਹੀ ਖਾਵਾਂ ਜਾਂ ਖੁਦ ਬਣਾ ਕੇ ਖਾਵਾਂ, ਕਿਉਂਕਿ ਮੈਂ ਘਰ ਤੋਂ ਦੂਰ ਰਹਿੰਦੀ ਹਾਂ, ਤਾਂ ਕੋਸ਼ਿਸ਼ ਕਰਦੀ ਹਾਂ ਵੀ ਆਪਣੇ ਆਪ ਹੀ ਬਣਾਵਾਂ ਅਤੇ ਆਪਣੇ ਆਪ ਹੀ ਖਾਵਾਂ, ਬਾਹਰ ਦਾ ਖਾਣਾ ਅਵੋਇਡ ਕਰਾਂ। ਹਾਂ ਬਿਲਕੁਲ, ਜੋ ਹੈ ਫਿੱਟ ਰਹਿਣ ਦੇ ਲਈ ਖਾਣਾ ਵੀ ਬਹੁਤ ਜ਼ਰੂਰੀ ਹੈ। ਪਰ ਇੱਕ ਵਾਰੀ ਗੁਰਪ੍ਰੀਤ ਤੋਂ ਇੱਕ ਸਵਾਲ ਹੋਰ ਜ਼ਰੂਰ ਕੁੜੀਆਂ ਦੇ ਲਈ ਮੈਂ ਲੈਣਾ ਚਾਹੂੰਗੀ, ਕਿਉਂਕਿ ਕੁੜੀਆਂ ਜੋ ਹੈ ਅੱਜ ਕੱਲ੍ਹ ਜ਼ੀਰੋ ਫਿਗਰ ਦੀ ਗੱਲ ਵੀ ਕਰਦੀਆਂ ਨੇ। ਮੋਦੀ ਜੀ ਨੇ ਤਾਂ ਪਾਤਾ ਜੀ ਕਸਰਤ ਕਰਨੀ ਹੈ, ਯੋਗਾ ਕਰਨੀ ਹੈ, ਆਪਣੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਇਹ ਸਭ ਕੁਛ ਪਾਇਆ। ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਆਪਣੀ ਜਿਹੜੀ ਫਿਗਰ ਨੂੰ ਮੇਨਟੇਨ ਕਰਨ ਦੇ ਲਈ ਕੁੜੀਆਂ ਅੱਜ ਕੱਲ੍ਹ ਡਾਈਟਿੰਗ ਕਰਦੀਆਂ ਨੇ, ਉਹ ਸਭ ਠੀਕ ਰਹਿੰਦਾ? ਨਹੀਂ, ਮੈਨੂੰ ਲੱਗਦਾ ਉਹ ਬਿਲਕੁਲ ਵੀ ਠੀਕ ਨਹੀਂ ਹੁੰਦਾ, ਕਿਉਂਕਿ ਜੇ ਤੁਸੀਂ ਡਾਈਟਿੰਗ ਕਰਦੇ ਹੋ ਔਰ ਤੁਸੀਂ ਨਹੀਂ ਖਾਂਦੇ ਹੋ, ਸਹੀ ਖਾਣਾ ਨਹੀਂ ਖਾਂਦੇ ਹੋ, ਤਾਂ ਫਿਰ ਉਲਟਾ ਤੁਸੀਂ ਔਰ ਕਮਜ਼ੋਰ ਹੋ ਜਾਂਦੇ ਹੋ। ਤਾਂ ਮੈਨੂੰ ਲੱਗਦਾ ਕਿ ਇਹ ਕੋਈ ਸੋਲਿਊਸ਼ਨ ਨਹੀਂ ਹੈ ਕਿ ਤੁਸੀਂ ਜ਼ੀਰੋ ਫਿਗਰ ਵਾਸਤੇ ਤੁਸੀਂ ਮਤਲਬ ਖਾਣਾ ਬੰਦ ਕਰ ਦਿਓ ਜਾਂ ਫਿਰ ਮਤਲਬ ਡਾਇਟ ਹੀ ਆਪਣੀ ਚੇਂਜ ਕਰ ਦਿਓ, ਉਹ ਸਹੀ ਨਹੀਂ ਹੈ। ਜਾਂ ਬੈਲੈਂਸ ਡਾਇਟ ਲਓ, ਤੁਸੀਂ ਸਹੀ ਤਰੀਕੇ ਦਾ ਖਾਣਾ ਖਾਓ, ਉਹ ਸਹੀ ਹੈ। ਬਿਲਕੁਲ, ਤਾਂ ਬੈਲੈਂਸ ਡਾਇਟ ਵੀ ਹੈ, ਉਹ ਬਹੁਤ ਜ਼ਰੂਰੀ ਹੈ। ਮੇਰੇ ਨਾਲ ਮੇਰੀ ਸਹਿਯੋਗੀ ਸਰੋਜ ਵੀ ਹੈ ਜੋ ਇਸ ਵੇਲੇ ਮੌਜੂਦ ਹੈ, ਬਹੁਤ ਬਿਜ਼ੀ ਨੇ ਹਾਲਾਂਕਿ, ਪਰ ਫਿਰ ਵੀ ਅਸੀਂ ਇਹਨਾਂ ਤੋਂ ਫਿਟਨੈਸ ਟਿਪ ਜ਼ਰੂਰ ਲੈ ਕੇ ਰਵਾਂਗੇ। ਪਰ ਸਰੋਜ ਜੋ ਹੈ ਹਮੇਸ਼ਾ ਸਾਡੇ ਡੈਸਕ 'ਤੇ ਆ ਕੇ ਜ਼ਰੂਰ ਕਹਿੰਦੇ ਨੇ ਕਿ ਖਾਣਾ ਕੀ ਹੈ ਤੁਹਾਡੇ ਕੋਲ ਅੱਜ, ਤਾਂ ਸਰੋਜ ਜੀ ਮਿੱਠਾ ਕੀ ਹੈ? ਹਾਂ ਮਿੱਠਾ ਕੀ ਹੈ, ਤਾਂ ਵੈਸੇ ਲੋਕ ਮਿੱਠਾ ਅਵੋਇਡ ਕਰਦੇ ਨੇ ਸਰੋਜ, ਪਰ ਤੁਸੀਂ ਮਿੱਠਾ ਬਹੁਤ ਪਸੰਦ ਕਰਦੇ ਹੋ, ਤਾਂ ਫਿਟਨੈਸ ਚੈਲੰਜ ਐਕਸੈਪਟ ਕਰ ਰਹੇ ਹੋ ਕੋਈ ਨਾਲ ਕਿ ਮਿੱਠਾ ਚੱਲ ਰਿਹਾ? ਦੇਖੋ, ਮਿੱਠਾ ਤਾਂ ਮੈਂ ਛੋੜ ਨਹੀਂ ਸਕਦੀ, ਬਹੁਤ ਬਹੁਤ ਪਸੰਦ ਹੈ ਮੁਝੇ, ਲੇਕਿਨ ਫਿਟ ਰਹਿਣਾ ਵੀ ਬਹੁਤ ਜ਼ਰੂਰੀ ਹੈ। ਔਰ ਮੇਰਾ ਫਿਟਨੈਸ ਟਿਪਸ ਇਤਨਾ ਹੈ ਕਿ ਖੁਸ਼ ਰਹੋ, ਖੁਸ਼ ਰਹੋਗੇ ਤਾਂ ਫਿਟ ਰਹੋਗੇ,
बिल्कुल, बहुत वधिया टिप दिता है सरोज ने। भाई खुश रहना बहुत जरूरी है, चाहे तुसी कसरत कर दे हो या नहीं कर दे हो। होर भी सहयोगी साढ़े नाल ने काम दे विच रुझे होए ने, पर थोड़ा थोड़ा डिस्टर्ब सारयां नू कर ही लैने अज, क्योंकि गल फिटनेस दी हो रही है। साढ़े प्रधानमंत्री जदों वीडियो पा सकते ने तां इत्थे साढ़े सहयोगी भी जरूर सानू टिप दे सकते ने। की कर दे हो जी फिट रहण लई? मैं जिम जाता हूँ, लेकिन वो भी कैसे कैसे जाता हूँ ये तो आप देख के समझ ही सकते होंगे, क्योंकि मैं रेगुलर नहीं हूँ जिम में, तो कभी कभी गया कभी नहीं गया, तो ऐसे वीकेंड में जाता हूँ मोस्टली। तो जितना वीकेंड में जाता हूँ उतना ही थोड़ा बहुत फिट हूँ, बाकी तो ऐसे ही खा पी के अपना। खा पी के की खाना पीना, मतलब थानू की लगता है खाने पीने च बदला कर दो? नहीं ऐसा नहीं है, तब सुबह नॉर्मल ब्रेकफास्ट जूस वूस पी लिया और रात में टाइमली खा लिया, सो गए, तो ये थोड़ा सा। यानी कि खाने के बड़े ज़्यादा जो है टिप्स मिल रहे ने, ते इस तो अलावा होर भी कई सहयोगी उन्हों तो भी असी टिप्स वगैरह लै लैंदे आ कि आखिर फिट बंदा किस तरह दे रहिंदा। तो कई इत्थे कुड़ियां होर भी साढ़े नाल जुड़दियां जा रहियां ने, इन्हां नूं पुछ लैणे फिट किद्दां रहिंदे हो जी तुसी? मैं रोज़ सुबह आधे घंटे जॉग करती हूँ और ये मैं कोशिश करती हूँ कि बिल्कुल छोड़ूँ ना, हर दिन करती हूँ। हाँ तो जॉगिंग भी जरूरी है। तो प्रधानमंत्री मोदी ने आज जो सोशल मीडिया पे वीडियो पाया एक फिटनेस दा, ता तो उन्होंने लगता है कि इस तरह लोग जो है इंस्पायर भी होंगे उनके जे वीडियो देख। बिल्कुल, आई थिंक उन्होंने जो पंच तत्व की ट्रैक की बात कही, मुझे पता नहीं कैसे बनता है, लेकिन जरूर लोग कोशिश करेंगे कुछ वैसा ट्राई करने का। हाँ तो तुम भी होर आज तो इंस्पायर हो रहे हो? डेफिनेटली, थैंक यू। तो होर भी कई लोग ने जो इस वेले सानू देख रहे ने ते कमेंट भी कर रहे ने, तो बहुत सारे कमेंट भी साढ़े को ले आ रहे ने। तो इस विचाले रणदीप जो है वो लिख रहे ने, सादा खाना ते किरत करो, यही जो है तो अनु फिट रहने लिए बहुत हेल्प करेगा। इस दे नाल ही कई सुरजीत जी कह रहे ने खेतीबाड़ी का काम करते हैं तो फिट रहने। भाई साडा पंजाब है, पंजाब दे विच खेती तो चलती है, तो इस तरह लोग जो है वो पूरी तरह दे नाल फिट रहते ने। तो खुशहाल लाली जी पूछ रहे ने कि पतला होना ही फिटनेस दी निशानी है, उन्हें तो भी असी सवाल असी अपने जड़े नाल सहयोगी है उन्हें तो ही पूछांगे, क्योंकि मेरी एक सहयोगी है बहुत पतली है, स्लिम ट्रिम है, तो उन्हें तो ही जान लेने हैं कि पतला होना फिटनेस दी निशानी है। नहीं, पतला होना बिल्कुल भी फिटनेस की निशानी नहीं है। अगर आप में स्टैमिना नहीं है, अगर आप थके हुए महसूस करते हैं जब भी ऑफिस आते हैं या कहीं पे भी जाते हो और आप सुबह उठती आपसे उठना मुश्किल हो रहा है, तो यानी आप समझ जाइए कि आप फिट नहीं हैं। तो पतला होने से बिल्कुल भी ये मत लगाइए कि आप फिट हैं, मुझे तो ऐसा लगता है, बोले डॉक्टर्स भी ऐसे ही कहते हैं। यानी कि सिर्फ पतला होना जो है फिटनेस की निशानी नहीं होता, तो फिट तुम कितना रहते हो जी फिट? मैं कैसे रहती हूँ फिट? मैं दरअसल ऐसा कुछ नहीं करती हूँ कि जिससे मैं, मतलब मुझे कोई कोशिश ऐसी नहीं करती हूँ कि फिट रहा जाए। ये सिर्फ जेनेटिक्स हैं कि मैं इतनी पतली हूँ, क्योंकि मेरे नाना दादा साइड सब लोग बहुत पतले हैं, ये जेनेटिक्स की वजह से। लेकिन फिट रहने के लिए मुझे ऐसा लगता है कि आपको अपने डाइट कंट्रोल हमेशा रखना चाहिए और एक्सरसाइज करनी चाहिए। ना सिर्फ डाइट, ना सिर्फ एक्सरसाइज, डाइट प्लस एक्सरसाइज आपको करना ही करना पड़ेगा रोज़। और मैं ग्रीन टी पीती हूँ रोज़ दो बस। ये बहुत वधिया ट्रिप है जी, भाई ग्रीन टी बहुत पीते ने, तो मैनू ग्रीन टी ते भी बहुत सवाल जो है मन जुड़ रहे हैं। तो कई जड़े साढ़े साथी ने उन्होंने तो ग्रीन टी के बारे जरूर पूछांगे। मेरी एक होर सहयोगी बहुत बिजी ने, शायद इस वेले ग्रीन टी पी रहे हैं। मैडम ग्रीन टी नहीं, ग्रीन टी तो नहीं है थोड़ी चाय? ग्रीन टी बिल्कुल नहीं पी रही हूँ मैं, खालिस दूध वाली चाय पी रही हूँ। लेकिन हाँ, सुबह मैं एक ग्रीन चाय जरूर पीती हूँ, वो भी हनी डालकर। वाह, यानी कि ग्रीन टी विद हनी। ते होर की कुछ फिट करन रहने लिए कर दो? मैं फिट रहने के लिए कुछ नहीं करती हूँ। मैं दो तीन काम जो करती हूँ वो ये कि मैं रिफाइंड तेल इस्तेमाल नहीं करती हूँ, मैं सरसों का तेल का इस्तेमाल करती हूँ, और दिन के खाने में दो सब्जियाँ ज़रूर रखती हूँ और एक कटोरी दही। बिल्कुल, तो यानी कि जड़ियाँ ग्रहणियाँ ने उन्होंने लिए भी टिप हो गया है कि तुम खाण पीन के किस तरह का तेल इस्तेमाल करना है। तो इस दाल ही कई दर्शक भी ने जो सानू टिप्स दे रहे हैं, कि इंद्रजीत सिंह जी ने जो कि कह रहे हैं कि ठीक खाना, ठीक समय पर खाना, तो रोज़ाना कसरत करना बहुत ही जरूरी तो सेहत वास्ते चंगा होंगे। ये गल बिल्कुल ठीक कही है। तो इस दाल ही कि एक सवाल भी जो है सामने आ रहा है कि PM मोदी ने रॉबिन जी पूछ रहे ने कि आखिर जो सरकार हैगी है वो जंक फूड नू बैन ही क्यों नहीं कर देंदी? तो जंक फूड तो शायद इतराज है, पर खांदे साडे वर्गे लोग ही ने। मैं हुण पंजाबी रस्ते आ चुकी हाँ, तो पंजाब जो है जाने जाता है कि पराठे खाने हैं, तो इतने घ्यो भी चलता है, लस्सी भी चलती है। तो मेरे सहयोगी ने दलजीत अमीत काफ़ी फिट भी रहते हैं। दलजीत जी किदा यह फिटनेस दिल्ली दे विच रखी हुई है? जी मैनू फिट कहने ने तो फिर तो मतलब मैं लगता कि भी पंजाब का खासी खस्ता हालत होनी चाहिए है। बाकी तुसी ये गलबात इस सिलसिले च कर रहे हो ना कि अज एक वीडियो आया जिदे विच मुल्क दा प्रधानमंत्री, मैनूं लगदा कि जिस तरीके नाल तुर रहे ने जी उहनूं तंदुरुस्ती कहिंदे ने, ते फिर बीमार की हुंदा है ना,
ਮਤਲਬ ਮੈਂ ਤਾਂ ਉਸ ਤਰੀਕੇ ਨਾਲ ਬਿਮਾਰੀ ਦੀ ਹਾਲਤ ਦੇ ਵਿੱਚ ਤੁਰਦਾ ਹੁੰਦਾ ਹੈ ਨਾ, ਅਤੇ ਥੋੜ੍ਹਾ ਮੈਨੂੰ ਇਹ ਲੱਗਦਾ ਕਿ ਵੀ ਜਦੋਂ ਜਿਹੜਾ ਮੁਲਕ ਦਾ ਪ੍ਰਧਾਨ ਮੰਤਰੀ ਹੈ ਉਹਨੂੰ ਥੋੜ੍ਹਾ ਜਿਹਾ ਪ੍ਰਾਈਮ ਮਿਨਿਸਟਰੀਅਰੀਅਲ ਉਹਦੇ ਵਿੱਚ ਰਹਿਣਾ ਚਾਹੀਦਾ, ਅਤੇ ਮੈਨੂੰ ਲੱਗਦਾ ਕਿ ਇਸ ਕਿਸਮ ਦਾ ਵੀਡੀਓ ਹੈ ਉਸ ਸਲੀਕੇ 'ਚੋਂ ਖਾਸਾ ਬਾਹਰ ਜਾਣ ਵਾਲੀ ਗੱਲ ਹੈ। ਬਾਕੀ ਤੰਦਰੁਸਤੀ ਤਾਂ ਪੂਰੇ ਸਮਾਜ ਦੀ ਹੋਣੀ ਚਾਹੀਦੀ ਆ, ਅਤੇ ਮੈਨੂੰ ਲੱਗਦਾ ਕਿ ਇਸ ਵਿਸ਼ੇ ਦੇ ਉੱਤੇ ਕੋਈ ਮੈਂ ਜ਼ਿਆਦਾ ਵਧੀਆ ਬੰਦਾ ਨਹੀਂ ਹੈਗਾ ਗੱਲ ਕਰਨ ਵਾਲਾ, ਤੁਸੀਂ ਬਾਕੀ ਉਹਨਾਂ ਨਾਲ ਗੱਲਬਾਤ ਕਰੋ। ਹਾਂ ਬਿਲਕੁਲ, ਤਾਂ ਅਵਤਾਰ ਜੀ ਵੀ ਨੇ ਸਾਡੇ ਸਹਿਯੋਗੀ ਨੇ ਇਸ ਵੇਲੇ ਮੇਰੇ ਨਾਲ ਨੇ ਅਵਤਾਰ ਜੀ, ਤਾਂ ਫਿਟਨੈਸ ਦੇ ਜੋ ਟਿਪਸ ਆ ਤੁਹਾਡੇ ਤੋਂ ਜ਼ਰੂਰ ਲੈਣਾ ਚਾਹੂੰਗੀ, ਕਿਸ ਤਰ੍ਹਾਂ ਜੋ ਹੈ ਇਸ ਵੇਲੇ ਵੀ ਤੁਸੀਂ ਫਿਟ? ਫਿਟ ਰਹਿਣਾ ਬਹੁਤ ਜ਼ਰੂਰੀ ਹੈ, ਲੇਕਿਨ ਯੋਗਾ ਜੋ ਪ੍ਰਧਾਨ ਮੰਤਰੀ ਜੀ ਕਹਿੰਦੇ ਆ ਵੀ ਨਰਿੰਦਰ ਮੋਦੀ ਜੀ ਕਿ ਯੋਗਾ ਯੋਗਾ ਠੀਕ ਹੈ ਸਿਹਤ ਲਈ ਠੀਕ ਹੈ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ, ਖਾਣਾ ਪੀਣਾ ਠੀਕ ਹੋਣਾ ਚਾਹੀਦਾ ਅਤੇ ਲਾਈਫ ਸਟਾਈਲ ਜਿਹੜਾ ਉਹ ਠੀਕ ਹੋਣਾ ਚਾਹੀਦਾ। ਇਹ ਬਾਕੀ ਮੇਰਾ ਜਿਹੜਾ ਨਵੀਂ ਪੀੜ੍ਹੀ ਨੂੰ ਹੈਗਾ ਸੁਨੇਹਾ ਕਿ ਜੰਕ ਫੂਡ ਦਾ ਨਹੀਂ ਉਹ ਘੱਟ ਕਰਨਾ ਚਾਹੀਦਾ ਉਹਨੀ। ਬਿਲਕੁਲ, ਤਾਂ ਜੰਕ ਫੂਡ ਜੋ ਨਹੀਂ ਖਾਣਾ ਚਾਹੀਦਾ, ਪਰ ਇਸ ਵਿਚਾਲੇ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀਡੀਓ ਵੀ ਦਿਖਾ ਰਹੇ ਹਾਂ BBC ਨਿਊਜ਼ ਪੰਜਾਬੀ ਦੇ ਫੇਸਬੁੱਕ ਪੇਜ ਤੋਂ ਦੇਖ ਰਹੇ ਹੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਨ੍ਹਾਂ ਨੇ ਅੱਜ ਵੀਡੀਓ ਅਪਲੋਡ ਕੀਤਾ ਹੈ, ਯੋਗਾ ਕਰ ਰਹੇ ਨੇ, ਕਸਰਤ ਕਰ ਰਹੇ ਨੇ, ਪ੍ਰਾਣਾਯਾਮ ਕੀਤਾ, ਕਈ ਹੋਰ ਜੋ ਹੈ ਉਹ ਕਸਰਤ ਕੀਤੀ ਹੋਈ ਹੈ, ਤਾਂ ਇਸ ਵਿਚਾਲੇ ਮੇਰੇ ਨਾਲ ਖੁਸ਼ਹਾਲ ਲਾਲੀ ਜੀ ਵੀ ਨੇ, ਉਹਨਾਂ ਦੇ ਕੋਲ ਜਾਊਂਗੀ ਆਪਣੇ ਸਹਿਯੋਗੀ ਨੇ, ਪਰ ਉਸ ਤੋਂ ਪਹਿਲਾਂ ਕੁਝ ਕਮੈਂਟਸ ਆ ਰਹੇ ਨੇ ਉਹ ਵੀ ਜ਼ਰੂਰ ਪੜ੍ਹ ਕੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਆਖਿਰ ਲੋਕ ਕੀ ਕੁਝ ਕਹਿ ਰਹੇ ਨੇ। ਪ੍ਰਦੀਪ ਜੀ ਕਹਿ ਰਹੇ ਨੇ ਗ੍ਰੀਨ ਟੀ ਵਿਦਆਊਟ ਸ਼ੂਗਰ ਅਤੇ ਰਨਿੰਗ ਜੋ ਹੈ ਉਹ ਅਸੀਂ ਸਾਰਾ ਦਿਨ ਕਰਦੇ ਹਾਂ, ਯਾਨੀ ਕਿ ਗ੍ਰੀਨ ਟੀ ਪੀਣੀ ਚਾਹੀਦੀ ਹੈ ਉਹ ਕਹਿ ਰਹੇ ਨੇ। ਅਤੇ ਗੁਰਇਕਬਾਲ ਜੀ ਵੀ ਕਹਿ ਰਹੇ ਨੇ ਕਿ BBC ਪੰਜਾਬੀ ਦਾ ਬਹੁਤ ਵਧੀਆ ਉਪਰਾਲਾ ਹੈ ਜੋ ਸਿੰਪਲ ਫੂਡ ਦੀ ਗੱਲ ਕਰ ਰਹੇ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ, ਅਤੇ ਇਸ ਦੇ ਨਾਲ ਹੀ ਅਸੀਂ ਕਹਾਂਗੇ ਕਿ ਸਾਡਾ ਪੇਜ ਜ਼ਰੂਰ ਲਾਈਕ ਕਰੋ, ਹੋਰ ਟਿਪਸ ਦਿੰਦੇ ਰਹੋ। ਤਾਂ ਖੁਸ਼ਹਾਲ ਲਾਲੀ ਜੀ ਵੀ ਸਾਨੂੰ ਸਾਰਾ ਦਿਨ ਬਹੁਤ ਟਿਪਸ ਦਿੰਦੇ ਨੇ, ਫਿਟਨੈਸ ਦੇ ਵੀ ਅੱਜ ਟਿਪਸ ਦੇ ਦਿਓ। ਦੇਖੋ ਮੇਰਾ ਇੱਕੋ ਹੀ ਮੰਤਰ ਹੈ, ਸਾਡੀ ਗੁਰਬਾਣੀ ਦੇ ਵਿੱਚ ਆਉਂਦਾ ਕਿ ਨੱਚਣ ਕੁੱਦਣ ਮਨ ਕਾ ਚਾਓ। ਜੇ ਬੰਦਾ ਨੱਚਦਾ ਕੁੱਦਦਾ ਅਤੇ ਮਨ ਜਿਹੜਾ ਹੈ ਉਹਦਾ ਠੀਕ ਰਹਿੰਦਾ ਅਤੇ ਤਾਂ ਹੀ ਬੰਦਾ ਜਿਹੜਾ ਹੈ ਤੰਦਰੁਸਤ ਦਿਖਦਾ। ਕਈ ਵਾਰ ਅੱਜ ਕੱਲ੍ਹ ਜਿਹੜੀ ਮੈਂ ਪਹਿਲਾਂ ਸਵਾਲ ਵੀ ਪੁੱਛਿਆ ਸੀ ਕਿ ਕੀ ਪਤਲੇ ਹੋਣਾ ਹੀ ਜਿਹੜਾ ਫਿਟਨੈਸ ਦੀ ਨਿਸ਼ਾਨੀ ਹੈ, ਸੋ ਮੈਨੂੰ ਲੱਗਦਾ ਕਿ ਤੁਸੀਂ ਸਿਹਤਮੰਦ ਹੋਵੋ, ਪਤਲੇ ਮੋਟੇ ਹੋਣਾ ਬਹੁਤਾ ਫਰਕ ਨਹੀਂ ਪੈਂਦਾ। ਖਾਣਾ ਖਾਓ, ਸਭ ਕੁਝ ਖਾਓ, ਪਰ ਨਾਲ ਨਾਲ ਉਹਨੂੰ ਪਚਾਓ ਵੀ, ਉਹਨੂੰ ਐਕਸਰਸਾਈਜ਼ ਵੀ ਕਰੋ। ਐਕਚੁਲੀ ਸਮੱਸਿਆ ਸਾਡੇ ਲਾਈਫ ਸਟਾਈਲ ਦੀ ਹੈ ਕਿ ਜਿਹੜਾ ਕਹਿੰਦੇ ਸੀ ਕਿ ਅਰਲੀ ਟੂ ਬੈੱਡ ਅਰਲੀ ਟੂ ਰਾਈਜ਼ ਮੇਕ ਏ ਮੈਨ ਹੈਲਦੀ ਵੈਲਦੀ ਐਂਡ ਵਾਈਜ਼, ਅਤੇ ਹੁਣ ਅਸੀਂ ਸਾਡੀ ਜਿਹੜੀ ਹਾਲਤ ਹੈ ਸ਼ਹਿਰਾਂ 'ਚ ਖਾਸ ਕਰਕੇ ਮਹਾਂਨਗਰਾਂ 'ਚ ਕਿ ਅਸੀਂ ਸਵੇਰੇ ਸੌਂਦੇ ਹੀ 2 ਵਜੇ ਤੋਂ ਬਾਅਦ ਹੈ ਤੜਕੇ ਸੌਂਦੇ ਹਾਂ ਅਤੇ ਰਾਤੀ ਅਤੇ 11 ਵਜੇ ਤੱਕ ਸੁੱਤੇ ਪਏ ਰਹਿੰਦੇ ਹਾਂ, 11-12 ਵਜੇ ਤੱਕ ਸੁੱਤੇ ਪਏ ਰਹਿੰਦੇ, ਉਸ ਤੋਂ ਬਾਅਦ ਸਾਡਾ ਦਿਨ ਸ਼ੁਰੂ ਹੁੰਦਾ। ਸੋ ਮੈਨੂੰ ਲੱਗਦਾ ਕਿ ਤੰਦਰੁਸਤ ਬੰਦਾ ਉਹੀ ਹੈ ਜਿਹੜਾ ਸਾਰਾ ਕੁਝ ਖਾਵੇ ਪੀਵੇ, ਅਤੇ ਉਸ ਤੰਦਰੁਸਤੀ ਦਾ ਕੀ ਫਾਇਦਾ ਜੇ ਤੁਸੀਂ ਕੁਝ ਖਾਏ ਨਾ ਸਕੋ। ਹਾਂਜੀ, ਸੋ ਖਾਓ ਪੀਓ ਵੀ, ਪਰ ਉਹਦੇ ਨਾਲ ਐਕਸਰਸਾਈਜ਼ ਕਰੋ, ਉਹਨੂੰ ਆਪਣੀ ਬਾਡੀ ਨੂੰ ਮੇਨਟੇਨ ਕਰੋ, ਤਾਂ ਹੀ ਤੁਹਾਡਾ ਜਿਹੜਾ ਹੈ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਮਾਨਸਿਕ ਤੰਦਰੁਸਤੀ ਜਿਹੜੀ ਹੈ ਆ ਸਕਦੀ ਹੈ। ਸੋ ਪੰਜਾਬੀ ਦੀਆਂ ਅਸੀਂ ਕਹਾਵਤਾਂ ਦੀ ਗੱਲ ਕਰ ਸਕਦੇ ਹਾਂ, ਬਹੁਤ ਸਾਰੀਆਂ ਕਹਾਵਤਾਂ ਕਿ ਜੈਸਾ ਅੰਨ ਤੈਸਾ ਮਨ, ਜਿਸ ਤਰ੍ਹਾਂ ਦਾ ਮਨੁੱਖ ਜਿਹੜਾ ਖਾਣਾ ਖਾਂਦਾ ਉਸੇ ਤਰ੍ਹਾਂ ਦਾ ਉਹਦਾ ਮਨ ਹੁੰਦਾ ਹੈ। ਜੈਸਾ ਦੁੱਧ ਤੈਸੀ ਬੁੱਧ, ਜਿਹੋ ਜਿਹਾ ਦੁੱਧ ਪੀਂਦਾ ਉਹੋ ਜਿਹਾ ਉਹਦਾ ਦਿਮਾਗ ਹੁੰਦਾ। ਸੋ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਅਤੇ ਸਾਡੇ ਜਿਹੜੇ ਖਾਣੇ ਹੈ ਸਾਡੀ ਖੁਰਾਕ ਹੈ ਉਹ ਪਲੀਤ ਹੋ ਗਈ ਹੈ, ਜਦੋਂ ਤੁਹਾਡਾ ਉਹ ਸਾਰਾ ਕੁਝ ਖਾਣ ਪੀਣ ਵਾਲਾ ਤੁਹਾਡਾ ਸਿਸਟਮ ਖਰਾਬ ਹੋ ਗਿਆ, ਤੁਹਾਡਾ ਲਾਈਫ ਸਟਾਈਲ ਤੁਹਾਡਾ ਤੁਸੀਂ ਇੱਕ ਡਿਫਰੈਂਟ ਕਿਸਮ ਦਾ ਬਣਾ ਲਿਆ, ਅਤੇ ਫਿਰ ਮੈਨੂੰ ਲੱਗਦਾ ਕਿ ਤੰਦਰੁਸਤੀ ਜਿਹੜੀ ਹੈ ਉਹ ਉਸ ਤਰ੍ਹਾਂ ਨਹੀਂ ਆ ਸਕਦੀ। ਇਹਦੇ ਵਾਸਤੇ ਇਕੱਲੀ ਐਕਸਰਸਾਈਜ਼ ਨਹੀਂ, ਹੋਰ ਕਈ ਤਰੀਕਿਆਂ ਨਾਲ ਕੰਮ ਕਰਨ ਦੀ ਲੋੜ ਹੈ। ਬਿਲਕੁਲ, ਤਾਂ ਸਿਸਟਮ ਜੋ ਹੈ ਖਰਾਬ ਹੈ ਕਿਉਂਕਿ ਅਸੀਂ ਸਾਰਾ ਦਿਨ ਸਿਸਟਮ 'ਤੇ ਹੀ ਬੈਠੇ ਰਹਿੰਦੇ ਹਾਂ, ਤਾਂ ਸਾਨੂੰ ਥੋੜ੍ਹਾ ਚੱਲਣਾ ਵੀ ਚਾਹੀਦਾ, ਸੈਰ ਵੀ ਕਰਨੀ ਚਾਹੀਦੀ ਹੈ। ਤਾਂ ਖੁਸ਼ਹਾਲ ਲਾਲੀ ਜੀ ਨੇ ਤਾਂ ਸਾਨੂੰ ਕਈ ਟਿਪਸ ਦੇ ਦਿੱਤੇ ਨੇ, ਅਤੇ ਦਰਸ਼ਕਾਂ ਨੂੰ ਵੀ ਜੋ ਹੈ ਇਹ ਜ਼ਰੂਰ ਪਸੰਦ ਆਏ ਹੋਣਗੇ, ਪਰ ਇਸ ਦੇ ਨਾਲ ਹੀ ਕੁਝ ਟਿਪਸ ਜੋ ਹੈ ਸਾਡੇ ਦਰਸ਼ਕ ਇਸ ਵੇਲੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਰਹੇ ਨੇ। ਤਾਂ ਜੋਵਨਪ੍ਰੀਤ ਪੰਗਲ ਜੀ ਨੇ ਜੋ ਲਿਖ ਰਹੇ ਨੇ ਕਿ ਫਿਟਨੈਸ ਰੱਖਣ ਦੇ ਲਈ ਸਾਡਾ ਖਾਣਾ ਜੋ ਹੈ ਉਹ ਵਧੀਆ ਹੋਣਾ ਬਹੁਤ ਜ਼ਰੂਰੀ ਹੈ, ਅਤੇ ਨਾਲ ਹੀ ਬਾਡੀ ਦੀ ਫਿਟਨੈਸ ਦੇ ਨਾਲ ਨਾਲ ਚੰਗੀ ਸੋਚ ਹੋਣਾ ਵੀ ਬਹੁਤ ਜ਼ਰੂਰੀ ਹੈ। ਅਤੇ ਇਸ ਦੇ ਨਾਲ ਹੀ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ
ਪਰਾਠੇ ਖਾਣ ਦੇ ਨਾਲ ਅਤੇ ਲੱਸੀ ਪੀਣ ਦੇ ਨਾਲ ਜੋ ਹੈ ਇਹ ਰੋਬਿਨ ਜੀ ਹੈਗੇ ਨੇ ਰਵਿੰਦਰ ਸਿੰਘ ਰੋਬਿਨ ਜੋ ਕਹਿ ਰਿਹਾ ਪਰਾਠਾ ਖਾਓ ਅਤੇ ਲੱਸੀ ਖਾਓ ਇਹਦਾ ਕੋਈ ਨੁਕਸਾਨ ਨਹੀਂ ਪਰ ਨਾਲ ਜੋ ਹੈ ਸਾਨੂੰ ਕਸਰਤ ਵੀ ਕਰ ਲੈਣੀ ਚਾਹੀਦੀ ਹੈ ਤਾਂ ਕੁਝ ਹੋਰ ਸਹਿਯੋਗੀ ਵੀ ਮੇਰੇ ਨਾਲ ਨੇ ਅਸੀਂ ਉੱਤਰ ਵੱਲ ਨੂੰ ਜਾਏ ਅਤੇ ਹੁਣ ਥੋੜ੍ਹਾ ਦੱਖਣ ਵੱਲ ਨੂੰ ਜਾਂਦੇ ਹਾਂ ਤਾਂ ਜ਼ਰੂਰ ਤੁਹਾਡੇ ਤੋਂ ਜਾਣਾਂਗੇ ਕਿ ਫਿੱਟ ਕਿੱਦਾਂ ਰਹਿੰਦੇ ਹੋ Like you are asking me how to stay fit. There is one saying like eat breakfast like a king and lunch like a prince and dinner like a pauper. मैं believe करता हूँ कि वो सही है क्यों बोले तो सुबह उठने के बाद ज़्यादा खाना दोपहर में थोड़ा सोच के खाना और रात में like people who doesn't have anything थोड़ा सोच के खाना और ऐसे लगे मेरा fitness दिस तो वही है और मैं तो ज़्यादा एक्सक्यूजेस बनाता हूँ लाइक फिट रहने के लिए लाइक दिल्ली क्लाइमेट इज माई एक्सक्यूज मैं कहता हूँ कि ओके समर में ज़्यादा हीट है सो ओके लेट्स कीप इट आउट और विंटर में तो ज़्यादा ठंड लगता है सो आई जनरली फाइंड एक्सक्यूजेस बट आई एडवाइज नॉट टू गो फॉर इट एंड ए सिंपल टिप है कि सुबह ज़्यादा खाना और रात में थोड़ा कम खाना ਯਾਨੀ ਕਿ ਇਹ ਕਹਿ ਰਹੇ ਨੇ ਕਿ ਸਵੇਰੇ ਥੋੜ੍ਹਾ ਜ਼ਿਆਦਾ ਖਾ ਲਓ ਦੁਪਹਿਰੇ ਥੋੜ੍ਹਾ ਘੱਟ ਖਾਓ ਰਾਤ ਨੂੰ ਥੋੜ੍ਹਾ ਉਸ ਤੋਂ ਹੋਰ ਘੱਟ ਖਾਓ ਤਾਂ ਹਰ ਸਮਾਂ ਜੋ ਇਹਨਾਂ ਦਾ ਤੈਅ ਹੁੰਦਾ ਵੀ ਕਿਸ ਵੇਲੇ ਕੀ ਖਾਣਾ ਹੈ ਕੀ ਨਹੀਂ ਖਾਣਾ ਉਸਦਾ ਬਹੁਤ ਧਿਆਨ ਰੱਖਦੇ ਨੇ ਪਰ ਇਸ ਦੇ ਨਾਲ ਹੀ ਕਿਉਂਕਿ ਅਸੀਂ ਦੱਖਣ ਵੱਲ ਨੂੰ ਆਏ ਨੇ ਤਾਂ ਜ਼ਰੂਰ ਜਾਵਾਂਗੇ ਬਈ ਸਾਊਥ ਇੰਡੀਅਨ ਫੂਡ ਜੋ ਹੈ ਸਾਡੇ ਪੰਜਾਬ 'ਚ ਲੋਕ ਬਹੁਤ ਪਸੰਦ ਕਰਦੇ ਨੇ ਕਈ ਲੋਕ ਖਾਂਦੇ ਨੇ ਤਾਂ ਸਾਊਥ ਇੰਡੀਅਨ ਕਿਹੜਾ ਫੂਡ ਹੈ ਜੋ ਸਹੀ ਰਹਿੰਦਾ ਫਿਟਨੈਸ ਦੇ ਲਈ ਖਾਣ ਦੇ ਲਈ I believe because there are wide variety of breakfast bahut zyada tarike ka breakfast hota hai south mein like idli and dosa and everything usme to nutrients zyada rehta hai and in a balanced form rehta hai nutrients so if we follow that regular diet I think it is designed in such a way you get all the nutrients so south indian breakfast is very good for health bahut bahut dhanwad ji tuhanu vi ta dakhan de vi tips mil gaye ne south to ki kuch khana hai sadi rajveer sade sahyogi ne eh vi ne rajveer main tuhade kol aani ha kyunki tuhade to bahut khas tips rehne ne kudiyan de vaste par us to pehla ek jo hai punjab de gabru ohna to vi assi jaan lene ha ki aakhir kis tarah fit reha janda hai aman ne sade it team de sahyogi ne ta takneek da to bahut kaam karde ho fit rehne layi vi kuch karde ho haan ji bilkul karda ji jinna time milda ohna ta koshish kari di apne valo puri ਸ਼ਾਮੀ ਜਿਮ ਵਗੈਰਾ ਜੁਆਇਨ ਕੀਤਾ ਹੋਇਆ ਹੈ ਜੇ ਅਗਰ ਸਵੇਰੇ ਟਾਈਮ ਲੱਗਦਾ ਤਾਂ ਥੋੜ੍ਹਾ ਰਨਿੰਗ ਵਨਿੰਗ ਕਰ ਲੈਂਦਾ ਬਾਕੀ ਘਰੇ ਵੀ ਸਮਾਨ ਸਮੂਨ ਰੱਖਿਆ ਹੋਇਆ ਥੋੜ੍ਹਾ ਵੇਟ ਵਗੈਰਾ ਰੱਖੇ ਹੋਏ ਨੇ ਬਸ ਬਾਕੀ ਡਾਇਟ ਵਗੈਰਾ ਤਾਂ ਖੈਰ ਇੱਦਾਂ ਹੀ ਹੈ ਮਤਲਬ ਟਾਈਮ ਥੋੜ੍ਹਾ ਜਿਹਾ ਸਾਡੇ ਦਾ ਰਹਿੰਦਾ ਜ਼ਿਆਦਾ ਅਤੇ ਡਾਇਟ 'ਤੇ ਇੰਨਾ ਧਿਆਨ ਦੇ ਨਹੀਂ ਪਾਉਂਦਾ ਪਰ ਕੋਸ਼ਿਸ਼ ਕਰੀ ਦੀ ਆਪਣੇ ਵੱਲੋਂ ਕਿ ਜਿੰਨਾ ਮੈਂ ਡਾਇਟ 'ਤੇ ਵੀ ਕੰਟਰੋਲ ਕਰ ਸਕਾਂ ਆਪਣਾ ਦੱਸ ਦਈਏ ਕਿ ਅਮਨ ਜੋ ਹੈ ਦਿੱਲੀ 'ਚ ਰਹਿੰਦੇ ਨੇ ਪਰ ਅਮਨ ਪੰਜਾਬ ਦੇ ਗੱਭਰੂਆਂ ਦੇ ਲਈ ਕੁਛ ਟਿਪਸ ਤੁਹਾਡੇ ਤੋਂ ਇੱਕ ਵਾਰ ਲਾਸਟ 'ਤੇ ਟਿਪਸ ਤਾਂ ਬਸ ਇਹੀ ਹੈ ਕਿ ਮਤਲਬ ਖੈਰ ਐਕਸਰਸਾਈਜ਼ ਤਾਂ ਬਹੁਤ ਜ਼ਰੂਰੀ ਹੈ ਫਿਟਨੈਸ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹੀ ਅੱਗੇ ਕੰਮ ਆਏਗੀ ਅਤੇ ਸਟਾਰਟਿੰਗ ਏਜ ਯੰਗ ਏਜ 'ਤੇ ਤਾਂ ਆਪਾਂ ਥੋੜ੍ਹਾ ਮਤਲਬ ਕਰ ਲਾਂਗੇ ਇਹੀ ਅੱਗੇ ਓਲਡ ਏਜ 'ਚ ਕੰਮ ਆਉਂਦੀ ਹੈ ਬਾਕੀ ਤਾਂ ਹੋਰ ਕੁਛ ਨਹੀਂ ਹੁੰਦਾ ਤਾਂ ਯਾਨੀ ਕਿ ਹੁਣ ਜਿੰਨਾ ਫਿੱਟ ਹੋ ਗਏ ਤਾਂ ਕਸਰਤ ਕਰ ਲਓ ਸੈਰ ਕਰ ਲਓ ਅਤੇ ਖਾਣ ਪੀਣ ਦਾ ਆਪਣਾ ਧਿਆਨ ਵੀ ਰੱਖ ਲਓ ਕੁਝ ਹੋਰ ਟਿਪਸ ਵੀ ਜ਼ਰੂਰ ਸਾਡੇ ਕੋਲ ਆਉਂਦੇ ਜਾ ਰਹੇ ਨੇ ਖਾਓ ਹੀ ਅਤੇ ਖੁਸ਼ ਜੀ ਕਹਿ ਰਹੇ ਨੇ ਕਿ ਖਾਓ ਜ਼ਰੂਰ ਸਾਰਾ ਕੁਛ ਅਤੇ ਰਾਜਵੀਰ ਕੋਲ ਮੈਂ ਇੱਕ ਵਾਰ ਫਿਰ ਤੋਂ ਆ ਗਈ ਹਾਂ ਰਾਜਵੀਰ ਫਿਟਨੈਸ ਟਿਪਸ ਕੁੜੀਆਂ ਦੇ ਲਈ ਖਾਸ ਕਰਕੇ ਦੇਖੋ ਕੁੜੀਆਂ ਨੂੰ ਤਾਂ ਫਿਟਨੈਸ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਇੰਦਰ ਜੀ ਤੁਹਾਨੂੰ ਪਤਾ ਹੈ ਕਿ ਆਪਾਂ ਸਾਰੇ ਇਸ ਗੱਲ ਲਈ ਸਟਰਗਲ ਕਰਦੇ ਹੀ ਰਹਿੰਦੇ ਹਾਂ ਅਤੇ ਸੁਭਾਵਿਕ ਹੈ ਕਿ ਅੱਜ ਕੱਲ੍ਹ ਜਿਮ ਵੀ ਬਹੁਤ ਨੇ ਅਤੇ ਸਭ ਤੋਂ ਬਿਹਤਰ ਤਰੀਕਾ ਤਾਂ ਸੈਰ ਦਾ ਹੀ ਹੈ ਅਤੇ ਅੱਜ ਤਾਂ ਸ਼ਾਇਦ ਸਾਰਾ ਹਿੰਦੁਸਤਾਨ ਹੀ ਯੋਗਾ ਵੱਲ ਨੂੰ ਜਾ ਰਿਹਾ ਹੋਵੇਗਾ ਲੇਕਿਨ ਪੰਜਾਬ ਦੇ ਵਿੱਚ ਬਿਹਤਰ ਹੈ ਹਾਲੇ ਵੀ ਸਾਡੇ ਕੋਲ ਕੁਛ ਨਹਿਰਾਂ ਨੇ ਕੁਛ ਇਹੋ ਜਿਹੀਆਂ ਥਾਵਾਂ ਨੇ ਜਿੱਥੇ ਚੰਗੇ ਵਾਤਾਵਰਨ 'ਚ ਸੈਰ ਕਰਨ ਕੀਤੀ ਜਾ ਸਕਦੀ ਹੈ ਅਤੇ ਉਹਦੇ ਨਾਲ ਦੀ ਨਾਲ ਮੈਨੂੰ ਤਾਂ ਮੈਡੀਟੇਸ਼ਨ ਦਾ ਮੌਕਾ ਵੀ ਲੱਗਦਾ ਕਿਉਂਕਿ ਮੈਂ ਉਹਦੀ ਫੋਲੋਅਰ ਹਾਂ ਤਾਂ ਮੈਨੂੰ ਲੱਗਦਾ ਕਿ ਉਹ ਚੰਗਾ ਅਤੇ ਵਧੀਆ ਤਰੀਕਾ ਪਰ ਰਾਜਵੀਰ ਜਿਵੇਂ ਅਸੀਂ ਤਾਂ ਤੁਸੀਂ ਸਾਡੇ ਵਰਗੇ ਬਹੁਤ ਲੋਕ ਹੋਣਗੇ ਸਾਰਾ ਦਿਨ ਕੰਮ ਕਰਦੇ ਨੇ ਆਫਿਸ ਦੇ ਵਿੱਚ ਰਹਿੰਦੇ ਨੇ ਬੈਠੇ ਰਹਿੰਦੇ ਹਾਂ ਸਾਨੂੰ ਤਾਂ ਚੱਲਣ ਦਾ ਮੌਕਾ ਵੀ ਨਹੀਂ ਮਿਲਦਾ ਤਾਂ ਇਸ ਵਿਚਾਲੇ ਕਿੱਦਾਂ ਬੰਦਾ ਤੰਦਰੁਸਤ ਰਹਿ ਸਕਦਾ ਸਿਰਫ ਬੈਠਣ ਨਾਲ ਤਾਂ ਕੁਛ ਨਹੀਂ ਹੋਣਾ ਬਿਲਕੁਲ ਇਹ ਸੱਚ ਹੈ ਕਿ ਸਾਡੇ ਕੋਲ 7-8 ਘੰਟੇ ਇੱਕੋ ਕੁਰਸੀ 'ਤੇ ਬੈਠੇ ਰਹਿਣਾ ਅਤੇ ਫਿਰ ਉਸ ਤੋਂ ਬਾਅਦ ਆਪਣੇ ਘਰ ਜਾ ਕੇ ਸਾਨੂੰ ਥੋੜ੍ਹਾ ਜਿਹਾ ਲੱਗ ਰਿਹਾ ਹੁੰਦਾ ਕਿ ਰਿਲੈਕਸ ਕਰੀਏ ਅਤੇ ਟੀਵੀ ਦੇ ਸਾਹਮਣੇ ਬੈਠ ਜਾਈਏ ਉਹਦੇ ਵਿੱਚੋਂ ਕਿਤੇ ਨਾ ਕਿਤੇ ਜੇ ਅਸੀਂ ਕੁਛ ਕੱਟ ਸਕਦੇ ਹਾਂ ਸਮਾਂ ਤਾਂ ਉਹ ਸਿਰਫ ਇੰਨਾ ਹੀ ਹੈ ਕਿ ਸ਼ਾਮ ਨੂੰ ਜਾਂ ਫਿਰ ਸਵੇਰ ਨੂੰ ਅੱਧਾ ਘੰਟਾ ਜਾਂ 20 ਮਿੰਟ ਘੱਟੋ ਘੱਟ ਆਪਣੇ ਆਪ ਨੂੰ ਡਿਵੋਟ ਕਰ ਦਈਏ ਤਾਂ ਕਿ ਜਿਹੜੇ 7-8 ਘੰਟੇ ਅਸੀਂ ਜ਼ਿੰਦਗੀ ਦੇ ਆਪਣੀਆਂ ਨੌਕਰੀਆਂ ਨੂੰ ਜਾਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀਆਂ ਕਰਨ ਲਈ ਨਿਭਾਉਂਦੇ ਹਾਂ ਉਹਨਾਂ ਨੂੰ ਚੰਗੀ ਤਰ੍ਹਾਂ ਨਿਭਾ ਸਕੀਏ
बिल्कुल राजवीर ने सानू बहुत वधिया जो है टिप्स दिते ने, पर राजवीर ने योगा की गल की है, प्रधानमंत्री मोदी भी जो है वह योगा का ही उन्होंने वीडियो पाया, तो सारे देश दे ही नहीं बल्कि दुनिया के जो है अज योगा की गल हो रही है। राजवीर योगा के कुछ टिप्स जरूर दर्शकों लिए। योगा तो देखो सब तो बेहतर टिप जा सब तो सौखा जोड़ा है योगा के मेडिटेशन का बहुत व्डा योगदान है जिन्हों ध्यान कहने तो ये सब तो चंगा तरीका तो यही है कि तुम अपने काम के समय दौरान भी हर एक दो घंटे बाद 5-7 मिनट घट्टो घट अपना ध्यान लगा के बैठो। ध्यान लाने का मतलब यह नहीं कि तुम कोई पाठ पूजा कर बैठ गए या कुछ भी, सिर्फ अपनी साह किरिया के उत्ते ही ध्यान दे लिया उ तो बहुत फायदा देगा। घट्टो घट अज के समाज के जो असं बहुत ही परेशानियों लड़ते हैं या जूझते हैं उन्होंने समन्वय से लिया उन्होंने साड़ी साह किरिया जी बहुत चंगी तरह निभाती है प्रक्रिया में, क्योंकि यू मैं खुद भी बहुत लंबा समय तो करके देखा। तो ये तो इलावा जोड़ा है जो असी कर सकते हैं वो सिर्फ अपना पोस्चर्स ठीक रख के योगा के आधार के उत्ते या हल्कियां फुल्कियां जिहड़ियां आसन ने जिन्हों असी अपने घर के टीवी देखते हैं बैठ के कर सकते हैं उन्होंने अपनी रोज़मर्रा जिंदगी का हिस्सा बना लेना चाहिए। राजवीर ने जो सानू बहुत वधिया टिप्स दिते ने योगा दे नाल जुड़े हुए, इस विचाले एक टिप जो है साडे दर्शक जो इस वेले फेसबुक लाइव देख रहे ने प्रतपाल लंदावा जी कह रहे ने डांस विद म्यूजिक यानी कि नचदे भी रहो म्यूजिक दे नाल भी जो है इसका भी काफ़ी फर्क पैंदा है। ता हुण मैं तो बई बहुत ज़्यादा थक चुकी हाँ सारे तो पुछ पुछ के ते मैं होर इन्नी ज़्यादा कसरत नहीं कर सकती इस करके थोड़ा आराम करना है, पर तुसी बीबीसी न्यूज़ पंजाबी का जो फेसबुक पेज है इसनों लाइक करो ते साड़ी जो वैबसाइट है bbc.com/punjabi उसते भी जाके तुसी नवीं ते ताज़ा तरीन खबरों के नाल तुसी अपडेट भी हो सकते हो ते कई तरह के विश्लेषण भी तुहानू उत्थे मिलेंगे। फिलहाल दे लिए नहीं इजाज़त दिओ, धन्यवाद।